ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ ਐਨਵਾਇਰਨਮੈਂਟ ਕੈਨੇਡਾ ਦੇ ਵੱਲੋਂ ਚਲਦੀ ਗਰਮੀ ਦੀਆਂ ਚੇਤਾਵਨੀਆਂ ਜਾਰੀ ਵੈਦਰ ਏਜੰਸੀ ਦੀ ਚੇਤਾਵਨੀ ਅਨਟੈਰੀਓ ਨੋਵਾ ਸਕੋਸ਼ੀਆ ਤੇ ਅਲਬਰਟਾ ਤੇ BC ਨੂੰ ਕਰਨ ਦੀਆਂ ਪ੍ਰਭਾਵਕ 에ਅ ਕੈਨੇਡਾ ਨੇ ਯਾਤਰੀਆਂ ਦੇ ਕੁਝ ਮੁਆਵਜ਼ੇ ਦੇਣ ਤੋਂ ਵੀ ਇਨਕਾਰ ਸਟਾਫ ਦੀ ਕਮੀ ਨੂੰ ਦੱਸਿਆ ਸੁਰੱਖਿਆ ਸਬੰਧੀ ਉਡਾਣਾਂ ਰੱਦ ਹੋਣ ਦਾ ਮੁੱਦਾ ਇਥੋਪੀਆ ਤੇ ਯੂਕਰੇਨੀ ਹਵਾਈ ਸਬਾਹੀ ਦੇ ਪਰਿਵਾਰਾਂ ਦੇ ਲਈ ਨਵਾਂ ਪੀਆਰ ਪ੍ਰੋਗਰਾਮ ਕੈਨੇਡਾ ਦੇ ਵਿੱਚ ਸਥਾਈ ਨਿਵਾਸ ਦੇ ਲਈ ਹੋਣਗੇ ਜੋ ਖਬਰਾਂ ਵਿਸਥਾਰ ਦੇ ਨਾਲ ਸਭ ਤੋਂ ਪਹਿਲਾਂ ਤਾਂ ਮੌਸਮ ਦੀ ਜਾਣਕਾਰੀ ਚਲ ਉਸਤੇ ਹੋਏ ਤੇ ਪਸੀਨੇ ਨਮੀ ਦੇ ਵਿਚਕਾਰ ਪੂਰੇ ਕੈਨੇਡਾ ਦੇ ਵਿੱਚ ਗਰਮੀ ਦੀਆਂ ਚੇਤਾਵਨੀਆਂ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਗਈਆਂ ਨੇ এনवायरमेंट ਕੈਨੇਡਾ ਨੇ ਕਈ ਸੂਬਿਆਂ ਦੇ ਵਿੱਚ ਗਰਮੀ ਦੀਆਂ ਚੇਤਾਵਨੀਆਂ ਦੇ ਸਬੰਧੀ ਜਾਣਕਾਰੀ ਦਿੱਤੀ ਹੈ ਕਿਉਂਕਿ ਦੇਸ਼ ਭਰ ਦੇ ਵਿੱਚ ਬੇਮੌਸਮੀ ਗਰਮ ਹਾਲਾਤ ਜਾਰੀ ਨੇ ਨੈਸ਼ਨਲ ਵੈਦਰ ਏਜੰਸੀ ਦੀ ਚੇਤਾਵਨੀ ਦੱਖਣੀ অন্ਟੇਰੀਓ ਨੋਵਾ ਸਕੋਸ਼ੀਆ ਅਲਬਰਟਾ ਤੇ ਬੀਸੀ ਦੇ ਵਿਸ਼ਾਲ ਖੇਤਰਾਂ ਨੂੰ ਕਵਰ ਕਰਦੀ ਹੈ एनवायरनमेंटल कनाडा ਦਾ ਕਹਿਣਾ ਹੈ ਕਿ ਨਵੀਂ ਦੇ ਨਾਲ ਮਿਲਾ ਕੇ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਤੱਕ ਪਹੁੰਚਣ ਜਾਂ ਫਿਰ ਇਸ ਨੂੰ ਵੀ ਪਾਰ ਕਰਨ ਦੀ ਸੰਭਾਵਨਾ ਹੈ ਤੇ ਘਟ 40 ਡਿਗਰੀ ਤੱਕ ਪਹੁੰਚ ਜਾਏਗਾ ਜ਼ਿਆਦਾਤਰ ਖੇਤਰਾਂ ਦੇ ਲਈ ਸੋਮਵਾਰ ਰਾਤ ਜਾਂ ਫਿਰ ਮੰਗਲਵਾਰ ਨੂੰ ਠੰਡਾ ਤਾਪਮਾਨ ਵਾਪਸ ਆਉਣ ਦੀ ਭਵਿੱਖਬਾਣੀ ਕੀਤੀ ਜਾਂਦੀ ਹੈ ਹਾਲਾਂਕਿ ਬੁੱਧਵਾਰ ਨੂੰ ਅਲਬਰਟਾ ਦੇ ਕੁਝ ਹਿੱਸਿਆਂ ਦੇ ਵਿੱਚ ਚੋਲਸਦੀ ਗਰਮੀ ਵਾਪਸ ਆਉਣ ਦੀ ਉਮੀਦ ਹੈ ਗਰਮੀਆਂ ਦੀਆਂ ਚੇਤਾਵਨੀਆਂ ਉਦੋਂ ਜਾਰੀ ਕੀਤੀਆਂ ਗਈਆਂ ਨੇ ਜਦੋਂ ਬਹੁਤ ਜ਼ਿਆਦਾ ਤਾਪਮਾਨ ਜਾਂ ਨਮੀ ਦੀਆਂ ਨਮੀ ਦੀਆਂ ਸਥਿਤੀਆਂ ਤੋਂ ਗਰਮੀ ਦੀਆਂ ਬਿਮਾਰੀਆਂ ਜਿਵੇਂ ਕਿ ਹੀਟ ਸਟ੍ਰੋਕ ਜਾਂ ਗਰਮੀ ਦੀ ਥਕਾਵਟ ਤੇ ਹੋਰ ਜਿਹੜੇ ਨਿੱਗੇ ਖਤਰੇ ਦੀ ਉਮੀਦ ਕੀਤੀ ਜਾਂਦੀ ਹੈ ਅਗੇ ਦੱਸਦੀ ਕਿ ਖੇਰਾਮਿਓਸ क्रीਕ ਜੰਗਲ ਦੀ ਅੱਗ ਜਿਹੜੀ ਹੈ ਉਸ ਤੇ ਕਾਫੀ ਜ਼ਿਆਦਾ ਫੈਲਣ ਦੀ ਗੱਲ ਆਖੀ ਜਾ ਰਹੀ ਹੈ 59.3 ਹੈਕਟੇਅਰ ਇਹ ਜੰਗਲ ਦੀ ਅੱਗ ਫੈਲਦੀ ਜਾ ਰਹੀ ਹੈ ਔਰ ਸੋਮਵਾਰ ਰਾਤ ਯਾਨੀ ਅੱਜ ਰਾਤ ਤੱਕ ਇਸ ਅੱਗ ਦੇ ਹੋਰ ਫੈਲਣ ਦੀ ਉਮੀਦ ਕੀਤੀ ਜਾ ਰਹੀ ਹੈ ਅੱਗ ਲੱਗਣ ਦੇ ਨਾਲ ਕੋਈ ਢਾਂਚਾ ਹਜੇ ਤੱਕ ਨੁਕਸਾਨਿਆ ਨਹੀਂ ਗਿਆ ਪਰ ਕਾਫੀ ਸਾਰੇ ਇਲਾਕੇ ਪ੍ਰਭਾਵਿਤ ਮੰਨੇ ਜਾ ਰਹੇ ਨੇ ਜਿੱਥੇ ਅਲਰਟ ਜਾਰੀ ਕੀਤਾ ਜਾ ਚੁੱਕਿਆ ਹੈ ਇਲਾਕੇ ਨੂੰ ਖਾਲੀ ਕਰਨ ਦੀ ਗੱਲ ਕੀਤੀ ਗਈ ਹੈ ਉਥੇ ਹੀ ਇਵੈਕੂਏਸ਼ਨ ਦੇ ਆਰਡਰ ਦੇ ਨਾਲ ਨਾਲ ਸੁਰੱਖਿਆ ਕਰਮੀ ਜਿਹੜੇ ਨੇ ਉਹਨਾਂ ਨੂੰ ਉਥੇ ਭੇਜਿਆ ਗਿਆ ਹੈ ਤਾਂ ਕਿ ਜਿਹੜੀਆਂ ਥਾਵਾਂ ਦੇ ਉੱਤੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ ਕੁਝ ਥਾਵਾਂ ਨੂੰ ਉਥੇ ਕੋਸ਼ਿਸ਼ ਜ਼ਰੂਰ ਕੀਤੀ ਜਾਵੇ ਇੱਕ ਰਿਪੋਰਟ ਤੇ ਨਜ਼ਰ ਸਰਮਾਰ ਲਿਆ ਪੈਟਿੰਗਟਨ ਦੇ ਨੇੜੇ ਕੈਰੋਮਿਅਸ ਕ੍ਰੀਕ ਜੰਗਲ ਦੀ ਅੱਗ ਲਈ ਵਧਦੀ ਜਾ ਰਹੀ ਹੈ ਇਸ ਵੇਲੇ ਉਸ ਦਾ ਆਕਾਰ 5903 ਹੈਕਟੇਰ ਹੈ ਰਾਤੋ ਰਾਤ ਕਿਸੇ ਵੀ ਟਾਂਚੇ ਨੂੰ ਨੁਕਸਾਨ ਤਾਂ ਨਹੀਂ ਪਹੁੰਚਿਆ 8 ਅਗਸਤ ਲਈ ਪੂਰਵ ਅਨੁਮਾਨ 29 ਡਿਗਰੀ ਸੈਲਸੀਅਸ ਤੇ ਧੁੱਪ ਗਰਮ ਖੁਸ਼ਕ ਤੇ ਹਵਾਦਾਰ ਹੈ ਘਟੋ ਘਟ ਨਮੀ 15 ਫੀਸਦੀ ਤੇ ਹਵਾ 10 ਕਿਲੋਮੀਟਰ ਤੱਕ ਚੱਲ ਸਕਦੀ ਹੈ ਅੱਗ ਦੇ ਅਨੁਕੂਲ ਮੌਸਮ ਦਾ ਮਤਲਬ ਹੈ ਕਿ ਅੱਗ ਦੀ ਗਤੀ ਵਿਧੀ ਵੱਧ ਸਕਦੀ ਹੈ ਸੰਭਾਵਤ ਤੌਰ ਤੇ ਅੱਗ ਨੂੰ ਐਪੈਕਸ ਮਾਊਂਟਨ ਰਿਜ਼ੋਰਟ ਦੇ ਨੇੜੇ ਤੇ ਆਲਾਲਾ ਕ੍ਰੀਕ ਡਰੇਨੇਜ ਦੇ ਵਿੱਚ ਲਿਆ ਜਾ ਸਕਦਾ ਹੈ ਦਾ ਐਤਵਾਰ 7-10 ਨੂੰ ਅਮਲੇ ਨੂੰ ਕਈ ਥਾਵਾਂ ਤੇ ਯੋਜਨਾਬੱਧ ਤਰੀਕੇ ਨਾਲ ਭੇਜਿਆ ਹਫਤੇ ਦੇ ਅੰਤ ਦੇ ਵਿੱਚ ਬਣਾਏ ਗਏ ਹੈਂਡਗਾਰਡ ਨੂੰ ਮਜ਼ਬੂਤ ਕਰਨ ਦੇ ਲਈ ਚਾਲਕ ਦਲ ਵੱਧੂ ਯੋਜਨਾਬੰਦ ਵਾਲੀਆਂ ਥਾਵਾਂ ਦੇ ਉੱਤੇ ਗਏ ਜਿੱਥੇ ਅੱਗ ਸੋ ਲੱਗ ਰਹੀ ਹੈ ਅੱਗ ਦੇ ਉੱਤਰ ਪੂਰਬੀ ਕੋਨੇ ਤੇ ਸ਼ੀਪਕ੍ਰੀਕ ਰੋਡ ਦੇ ਸਿਰੇ ਤੋਂ ਉੱਤਰ ਵੱਲ ਯਾਤਰਾ ਕਰਨ ਵਾਲੇ ਇਨੇਗੇਸ਼ਨਸ ਦੀ ਵਰਤੋਂ ਕੀਤੀ ਜਾਏਗੀ ਹੈਲੀਕਾਪਟਰ ਆਪਰੇਸ਼ਨਾਂ ਦੀ ਸਹਾਇਤਾ ਲਈ ਦੋਵਾਂ ਖੇਤਰਾਂ ਦੇ ਵਿੱਚ ਖੜੇ ਰਹਿਣਗੇ ਚਾਲਕ ਦਲ ਨੂੰ ਹਾਈਵੇ 3A ਕੋਰੀਡੋਰ ਦੇ ਉੱਤਰ ਵੱਲ ਅੱਗ ਨੂੰ ਰੋਕਣ ਲਈ ਨਿਯੁਕਤ ਕੀਤਾ ਗਿਆ ਹੈ ਇਸ ਕੋਰਿਡੋਰ ਦੇ ਨਾਲ-ਨਾਲ ਪੁੱਟਣ ਦੇ ਲਈ ਵੀ ਕਾਰੀਗਰ ਲਗਾਏ ਗਏ ਨੇ ਇਹ ਹੱਥਾਂ ਦੀਆਂ ਇੰਗੇਸ਼ਨਾਂ ਨੂੰ ਅੱਗ ਨੂੰ ਕਰਮਚਾਰੀਆਂ ਦੇ ਲਈ ਸੁਰੱਖਿਅਤ ਕੰਮ ਕਰਨ ਯੋਗ ਜ਼ਮੀਨ ਤੇ ਲਿਆਉਂਦੀਆਂ ਨੇ ਤੇ ਪ੍ਰੋਸੀਓਗ ਰੋਕਥਾਮ ਬਣਾਉਣ ਲਈ ਮਹੱਤਵਪੂਰਨ ਹੈ ਆਪਰੇਸ਼ਨਾਂ ਦੌਰਾਨ ਅੱਗ ਦੀ ਵੱਧ ਵਧੀ ਹੋਈ ਗਤੀਵਿਧੀ ਤੇ ਧੂਆਂ ਔਲੇਲਾ ਤੇ ਕੇਰਮਿਓਸ ਤੋਂ ਦਿਖਾਈ ਦੇ ਸਕਦਾ ਹੈ ਪਛਮੀ ਕੰਡੇ ਦੇ ਚਾਲਕ ਦਲ ਗ੍ਰੀਨ ਮਾਉਂਟੇਨ ਰੋਡ ਤੋਂ ਕਰੇਮਿਅਸ ਕ੍ਰੀਕ ਫੋਰੈਸਟ ਸਰਵਿਸ ਰੋਡ ਤੱਕ ਸਿੱਧੇ ਹਮਲੇ ਦੇ ਤਰੀਕਿਆਂ ਦੀ ਵਰਤੋਂ ਕਰਨਗੇ ਐਪੈਕਸ ਮਾਉਂਟੇਨ ਤੋਂ ਡਿਵੀਡੈਂਡ ਮਾਉਂਟੇਨ ਤੋਂ ਦੱਖਣੀ ਕਰੇਮਿਅਸ ਕ੍ਰੀਕ ਤੱਕ ਸੰਕਟ ਕਾਲੀਨ ਲਾਈਨਾਂ ਨੂੰ ਸਥਾਪਿਤ ਕਰਨ ਲਈ ਪਾਰਿਉਪਕਰਨਾ ਦੀ ਵਰਤੋਂ ਜਾਰੀ ਹੈ ਬੀਸੀ ਭਾਰ ਦੇ ਵਿੱਚ ਅੱਗ ਬੁਝਾਓ ਵਿਭਾਗਾਂ ਤੋਂ 245 ਵਾਈਲਡਲੈਂਡ ਫਾਇਰ ਫਾਈਟਰ ਇੱਕ ਵੱਧੂ 160 ਢਾਂਚਾਗਤ ਸੁਰੱਖਿਆ ਕਰਮਚਾਰੀ 405 ਫਾਇਰ ਫਾਈਟਰਾਂ ਦੇ ਕੁੱਲ ਅਮਲੇ ਦੇ ਪੂਰਕ ਲਈ ਅੱਗ ਦਾ ਪ੍ਰਬੰਧਨ ਕਰ ਰਹੇ ਨੇ ਨਿਊਜ਼ ਸਟੋਰੀ ਚੈਨਲ ਪੰਜਾਬੀ ਦੀ ਰਿਪੋਰਟ BC ਦੇ ਵਿੱਚ ਦੋ ਹਾਦਸਿਆਂ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਅੰਦਰੂਨੀ ਪੇਟਾਂ ਦੇ ਵਿੱਚ ਵੈਂਕੂਵਰ ਦੇ ਦੋ ਲੋਕ ਸ਼ਾਮਿਲ ਨੇ RCMP ਵਨਨ ਦੇ ਵਿੱਚ RCMP ਨੂੰ ਸ਼ੁੱਕਰਵਾਰ ਸਵੇਰੇ 8:30 ਵਜੇ ਸ਼ਹਿਰ ਦੇ ਬਿਲਕੁਲ ਦੱਖਣ ਦੇ ਵਿੱਚ ਹਾਈਵੇ 97 ਦੇ ਉੱਤੇ ਇੱਕ ਟੱਕਰ ਦੇ ਲਈ ਬੁਲਾਇਆ ਗਿਆ ਸੀ ਮਾਉਂਟਿਸ ਦਾ ਕਹਿਣਾ ਹੈ ਕਿ ਇੱਕ ਲਾਲ ਪਿਕਅਪ ਟਰੱਕ ਆ ਰਹੀ ਲੇਨ ਨੂੰ ਪਾਰ ਕਰ ਰਿਹਾ ਕਰ ਗਿਆ ਤੇ ਇੱਕ ਦੂਜੇ ਦੇ ਨਾਲ ਟਕਰਾ ਜਾਣ ਤੋਂ ਪਹਿਲਾਂ ਇੱਕ ਵਾਹਨ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਇੱਕ 71 ਸਾਲਾ ਵਿਅਕਤੀ ਤੇ 8 ਸਾਲਾ ਔਰ ਦੀ ਮੌਤ ਹੋਈ ਹੈ ਦੋਵੇਂ ਬਜ਼ੁਰਗ ਵੈਂਕੂਵਰ ਤੋਂ ਆਏ ਨੇ ਆਇਸਨ ਪੁਲਿਸ ਦਾ ਕਹਿਣਾ ਹੈ ਕਿ ਪਿਕਅਪ ਦੇ ਡਰਾਈਵਰ ਨੂੰ ਅੰਦਰੂਨੀ ਸੱਟਾਂ ਦੇ ਨਾਲ ਹਸਪਤਾਲ ਲਿਜਾਇਆ ਗਿਆ ਉਸੇ ਸਵੇਰ ਤੇ ਪਹਿਲਾਂ ਇੱਕ ਹੋਰ ਟੱਕਰ ਦੇ ਵਿੱਚ RCMP ਨੂੰ ਬ੍ਰਮਲੇ ਰੌਕ ਦੇ ਨੇੜੇ ਪ੍ਰਿੰਸਨ ਦੇ ਪੂਰਬ ਦੇ ਵਿੱਚ ਆ ਹਾਈਵੇ 3 ਤੇ ਇੱਕ ਸਿੰਗਲ ਵਾਹਨ ਹਾਸੇ ਦੇ ਲਈ ਜਿਹੜਾ ਬੁਲਾਇਆ ਗਿਆ ਸੀ ਇੱਕ ਪਿਕਅਪ ਅ ਸਟ੍ਰਕ ਹਾਈਵੇ ਤੋਂ ਇੱਕ ਬੰਨ ਦੇ ਹੇਠਾਂ ਚਲਾ ਗਿਆ ਤੇ ਸਮਲਕਮੈਂਟ ਰਿਵਰ ਦੇ ਵਿੱਚ ਜਿਹੜਾ ਡਿੱਗ ਗਿਆ ਦੱਖਣੀ ਓਕਨਾਗਨ ਦੀ ਇੱਕ 19 ਸਾਲਾ ਔਰਤ ਦੀ ਉੱਥੇ ਮੌਤ ਹੋ ਗਈ ਹੈ ਟਰੱਕ ਦੇ ਵਿੱਚ ਸਵਾਰ ਦੂਜੇ ਵਿਅਕਤੀ ਨੂੰ ਕੋਈ ਸੱਟ ਨਹੀਂ ਲੱਗੀ ਹੈ ਇਹਨਾਂ ਦੇ ਵਿੱਚ ਕਿਸੇ ਵੀ ਟੱਕਰ ਬਾਰੇ ਜਾਣਕਾਰੀ ਵਾਲੇ ਵਿਅਕਤੀ ਨੂੰ ਆਰਸੀਐਮਪੀ ਦੇ ਨਾਲ ਸੰਪਰਕ ਕਰਨ ਦੇ ਲਈ ਕਿਹਾ ਜਾ ਰਿਹਾ ਹੈ ਉਧਰ ਐਬਸਫੋਰਡ ਦੇ ਵਿੱਚ ਵੀ ਪੁਲਿਸ ਦੇ ਵੱਲੋਂ ਵਾਹਨ ਦਾ ਪਿੱਛਾ ਕੀਤੇ ਜਾਣ ਦੀ ਘਟਨਾ ਦੌਰਾਨ ਵਾਪਰੇ ਕ੍ਰੈਸ਼ ਦੇ ਵਿੱਚ ਦੋ ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਬੀਸੀ ਦੇ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਆਫਿਸ ਯਾਨੀ ਕਿ ਆਈਆਈਓ ਵੱਲੋਂ ਕੀਤੀ ਜਾ ਰਹੀ ਹੈ ਪੁਲਿਸ ਅਨੁਸਾਰ ਘਟਨਾ ਦੀ ਸ਼ੁਰੂਆਤ ਐਤਵਾਰ ਦੁਪਹਿਰ ਕਰੀਬ 3 ਵਜੇ ਹੋਈ ਸੀ ਅਫਸਰ ਨੇ ਕਥਿਤ ਤੌਰ ਦੇ ਉਤੇ ਇੱਕ ਚੋਰੀ ਦੇ ਚਿੱਟੇ ਵਾਹਨ ਜੋ ਕਿ ਐਕਵਾ ਇੰਟੈਗਰ ਵਾਹਨ ਲੋਇੰਗਸਟਨ ਐਵੇਨਿਊ ਤੇ ਮੈਕਲਿਓਰ ਰੋਡ ਦੇ ਉੱਤੇ ਇਲਾਕੇ ਦੇ ਵਿੱਚ ਵੇਖਿਆ ਗਿਆ ਸੀ ਪਰ ਜਲਦੀ ਹੀ ਪੁਲਿਸ ਇਸ ਵਾਹਨ ਤੇ ਨਜ਼ਰ ਰੱਖਣ ਦੇ ਵਿੱਚ ناکਾਮ ਹੋ ਗਈ ਤੇ ਵਾਹਨ ਦਾ ਪਿੱਛਾ ਨਹੀਂ ਕਰ ਪਾਈ ਪੁਲਿਸ ਦੇ ਮੁਤਾਬਕ ਤਾਂ ਜਿਹੜੀ ਜਾਣਕਾਰੀ ਮਿਲ ਰਹੀ ਹੈ ਉਸ ਮੁਤਾਬਕ ਕਰੀਬ 1 ਘੰਟੇ ਬਾਅਦ ਫਿਰ ਤੋਂ ਉਹ ਵਾਹਨ ਜਿਹੜਾ ਹਿਲ ਕ੍ਰੈਸਟ ਐਵੇਨਿਊ ਅਤੇ ਇਮਰਸ਼ਨ ਸਟਰੀਟ ਦੇ ਕੋਲ ਦਿਖਾਈ ਦਿੱਤਾ ਸਰਜੈਂਟ ਪਾਲ ਦਾ ਤਾਇ ਕਹਿਣਾ ਹੈ ਕਿ ਇਸ ਵਾਹਨ ਦੇ ਨਾਲ ਪੁਲਿਸ ਦੇ ਵਾਹਨ ਦਾ ਜਿਹੜਾ ਉਹ ਕੰਟੈਕਟ ਹੋਇਆ ਸੀ ਤੇ ਇੱਕ ਹੋਰ ਜੋ ਰੈਸਟ੍ਰਿਕਸ਼ਨ ਦੇ ਵਿੱਚ ਇਸ ਵਾਹਨ ਦੀ ਵਰਤੋਂ ਇੱਕ ਕਥਿਤ ਅਪਰਾਧਕ ਗਤੀਵਿਧੀ ਦੇ ਵਿੱਚ ਹੋਣ ਕਾਰਨ ਇਸ ਦਾ ਪਿੱਛਾ ਕਰਨ ਦਾ ਫੈਸਲਾ ਲਿਆ ਗਿਆ ਪੁਲਿਸ ਨੇ ਅਪਰਾਧਕ ਕਾਰਵਾਈ ਸਬੰਧੀ ਵੇਰਵੇ ਸਾਂਝੇ ਨਹੀਂ ਕੀਤੇ ਪੁਲਿਸ ਦੇ ਪਿੱਛਾ ਕਰਨ ਦੌਰਾਨ ਇਹ ਵਾਹਨ ਨਿਰੰਤਰਣ ਗਵਾ ਬੈਠਾ ਤੇ ਮੈਕਲਿਆ ਰੋਡ ਤੇ ਕਲੇਬਰੁਕ ਰੋਡ ਦੇ ਕੋਲ ਕ੍ਰੈਸ਼ ਹੋ ਗਿਆ ਪੁਲਿਸ ਅਨੁਸਾਰ ਪੈਸੇਂਜਰ ਸੀਟ ਦੇ ਉੱਤੇ ਬੈਠੀ ਔਰਤ ਨੇ ਤਾਂ ਮੌਕੇ ਤੇ ਹੀ ਦਮ ਥੋੜ ਦਿੱਤਾ ਤੇ ਜਦਕਿ ਵਾਹਨ ਚਾਲਕ ਨੇ ਹਸਪਤਾਲ ਦਮ ਤੋੜਿਆ ਇੱਕ ਪੁਲਿਸ ਵਾਹਨ ਨੂੰ ਵੀ ਨੁਕਸਾਨ ਪਹੁੰਚਿਆ ਮਾਮਲੇ ਦੇ ਵਿੱਚ ਆਬਸਫਰਡ ਪੁਲਿਸ ਦੇ ਬੀਜਰ ਕ੍ਰਾਈਮ ਯੂਨਿਟ ਅਤੇ ਇਨਟ੍ਰੋਗੇਟਿਡ ਕਾਲਜਨ ਅਨਾਲਿਸਿਸ ਰੀਕਨਸਟਰਕਸ਼ਨ ਸਰਵਿਸ ਦੇ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਅਗੇ ਜਾਣਕਾਰੀ ਜਤਿੰਦਰ ਮਾਈਕਲ ਸੰਦੂਦਲੇ 28 ਸਾਲਾ ਜਤੰਦਰ ਮਾਈਕਲ ਸੰਦੋ ਨੂੰ 6 ਸਾਲ ਪਹਿਲਾਂ ਵੈਲੀ ਡਰਾਈਵਵੇ ਦੇ ਵਿੱਚ ਖੜੀ ਕਾਰ ਦੇ ਵਿੱਚ ਬੈਠੇ ਸਮੇਂ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਸੀ ਉਸ ਤੇ ਹੱਤਿਆ ਦੀ ਗੁੱਥੀ ਜਿਹੜੀ ਹੈ ਉਹ ਅਣਸੁਲਝੀ ਰਹੀ ਪੁਲਿਸ ਦਾ ਮੰਨਣਾ ਹੈ ਕਿ ਸੰਦੋ ਇੱਕ ਬੇਕਸੂਰ ਪੀੜ ਸੀ ਤੇ 23 ਜੁਲਾਈ 2016 ਨੂੰ ਸ਼ਨੀਵਾਰ ਰਾਤ 10:20 ਤੇ 90 A ਐਵੇਨਿਊ ਤੇ ਤਰ 14300 ਬਲਾਕ ਦੇ ਵਿੱਚ ਕਾਰ ਦੇ ਵਿੱਚ ਬੈਠੇ ਹੋਣ ਕਾਰਨ ਉਸਦੇ ਇੱਕ ਦੋਸਤ ਨੂੰ ਬਾਹ ਦੇ ਵਿੱਚ ਗੋਲੀ ਲੱਗੀ ਸੀ ਨਾ ਹੀ ਕੋਈ ਅਪਰਾਧਕ ਇਹਨਾਂ ਦਾ ਰਿਕਾਰਡ ਸੀ ਪੁਲਿਸ ਕਿਸੇ ਵੀ ਵਿਅਕਤੀ ਨੂੰ ਇਸ ਜੁਰਮ ਨੂੰ ਸੁਲਝਾਉਣ ਬਾਰੇ ਜਾਣਕਾਰੀ ਦੇਣ ਦੇ ਲਈ ਸੰਪਰਕ ਕਰਨ ਲਈ ਕਹਿ ਰਹੀ ਹੈ ਨੰਬਰ ਹੈ 1877 55 14 448 ਇਸ ਦੇ ਉੱਤੇ ਜਾਂਚ ਟੀਮ ਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈ ਪੁਲਿਸ ਨੇ ਇਸ ਗੋਲੀਬਾਰੀ ਨੂੰ ਲੋਅਰ ਮੈਂਡਲੈਂਡ ਦੇ ਵਿੱਚ ਚੱਲ ਰਹੀ ਹਿੰਸਾ ਦੇ ਨਾਲ ਜੋੜਿਆ ਸੀ ਪਰ ਜਾਂਚ ਦੇ ਵਿੱਚ ਸਬੂਤਾਂ ਦੇ ਅਨੁਸਾਰ ਪਤਾ ਚੱਲਿਆ ਸੀ ਕਿ 28 ਸਾਲਾ ਸੰਦੂ ਤੇ ਹੋਰ ਪੀੜਤ ਨਿਸ਼ਾਨਾ ਨਹੀਂ ਸੀ ਯਾਨੀ ਕਿ ਦੋ ਲੋਕਾਂ ਨੂੰ ਇਸ ਦੇ ਵਿੱਚ ਜਿਹੜੀ ਗੋਲੀ ਲੱਗੀ ਸੀਗੀ ਪੁਲਿਸ ਨੇ ਦੱਸਿਆ ਕਿ ਬਚੇ ਹੋਏ ਵਿਅਕਤੀ ਦਾ ਤਾਂ ਇੱਕ ਪਰਿਵਾਰਕ ਮੈਂਬਰ ਲੋਅਰ ਮੈਂਡਲੈਂਡ ਗੈਂਗਾ ਦੇ ਨਾਲ ਸੰਬੰਧਿਤ ਸੀ ਪਰ ਨਾ ਤਾਂ ਸੰਦੂ ਤੇ ਨਾ ਹੀ ਬਚੇ ਹੋਏ ਪੀੜਤ ਦਾ ਕੋਈ ਅਪਰਾਧਿਕ ਰਿਕਾਰਡ ਸੀ ਸੰਦੂ ਦਾ ਪਰਿਵਾਰ ਅੱਜ ਵੀ ਦਰਦ ਦੇ ਵਿੱਚ ਹੈ ਏਅਰ ਕੈਨੇਡਾ ਨੇ ਯਾਤਰੀਆਂ ਦੇ ਨਾਲ ਸੰਬੰਧਿਤ ਕੁਝ ਮੁਆਵਜ਼ੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਜਿਸ ਨੂੰ ਉਹਨਾਂ ਸਟਾਫ ਦੀ ਕਮੀ ਨੂੰ ਸੁਰੱਖਿਆ ਦੇ ਨਾਲ ਸੰਬੰਧਿਤ ਮੁੱਦਾ ਦੱਸਿਆ ਤੇ 29 ਜੁਲਾਈ ਨੂੰ ਕਈ ਗਾਹਕਾਂ ਨੂੰ ਈਮੇਲ ਪ੍ਰਾਪਤ ਹੋਈ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਤੁਹਾਡੀ ਏਅਰ ਕੈਨੇਡਾ ਦੀ ਫਲਾਈਟ ਸਾਡੇ ਸੰਚਾਲਨ ਤੇ ਕੋਵਿ-19 ਮਹਾਮਾਰੀ ਦੇ ਪ੍ਰਭਾਵ ਦੇ ਨਤੀਜੇ ਵਜੋਂ ਚਾਲਕ ਦਲ ਦੀਆਂ ਰੁਕਾਵਟਾਂ ਕਾਰਨ ਰੱਦ ਹੋਈ ਇਸ ਦੇ ਲਈ ਤੁਹਾਡੇ ਦੁਆਰਾ ਕੀਤੀ ਗਈ ਬੇਨਤੀ ਮੁਆਵਜ਼ੇ ਲਈ ਲਾਗੂ ਨਹੀਂ ਹੁੰਦੀ ਏਅਰ ਕੈਨੇਡਾ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਸਟਾਫ ਦੀ ਕਮੀ ਦੇ ਲਈ ਯਾਤਰੀ ਮੁਆਵਜ਼ੇ ਦੇ ਦਾਅਵਿਆਂ ਤੋਂ ਇਨਕਾਰ ਕੀਤਾ ਹੈ। ਏਅਰ ਕੈਨੇਡਾ ਨੇ ਕਰਮਚਾਰੀਆਂ ਦੀਆਂ ਰੁਕਾਵਟਾਂ ਦਾ ਹਵਾਲਾ ਦਿੱਤਾ ਤੇ 17 ਜੂਨ ਦੀ ਫਲਾਈਟ ਦੇ ਮੂਲ ਟੇਕ-ਆਫ ਸਮੇਂ ਤੋਂ 48 ਘੰਟੇ ਬਾਅਦ ਛੱਡਣ ਵਾਲੇ ਜਹਾਜ਼ਾਂ ਤੇ ਉਸ ਨੂੰ ਦੁਬਾਰਾ ਬੁੱਕ ਕੀਤਾ। ਕਈ ਯਾਤਰੀ ਜਿਨ੍ਹਾਂ ਨੂੰ ਪਤਾ ਲੱਗਾ ਕਿ ਮੁਆਵਜ਼ੇ ਲਈ ਉਹਨਾਂ ਦੀ ਬੇਨਤੀ ਨੂੰ ਸਟਾਫ ਦੀ ਘਾਟ ਦੇ ਆਧਾਰ ਦੇ ਉੱਤੇ ਰੱਦ ਕਰ ਦਿੱਤਾ ਗਿਆ ਸੀ। 29 ਜੁਲਾਈ ਨੂੰ ਗਾਹਕਾਂ ਨੂੰ ਜਦੋਂ ਈਮੇਲ ਮਿਲੀ ਕਿਹਾ ਗਿਆ ਜਿਸ ਮੁਆਵਜ਼ੇ ਦੀ ਤੁਸੀਂ ਬੇਨਤੀ ਕਰ ਰਹੇ ਹੋ ਉਹ ਲਾਗੂ ਨਹੀਂ ਹੁੰਦਾ ਕਿਉਂ ਖਿਆਸਬੰਦੀ ਮੁੱਦਾ ਹੈ ਕਈਆਂ ਨੇ 에ਅਰ ਕੈਨੇਡਾ ਸਬੰਧੀ ਸ਼ਿਕਾਇਤਾਂ ਕੀਤੀਆਂ ਉਹਨਾਂ ਕਿਹਾ ਕਿ ਜੇ ਇਹਨਾਂ ਦੇ ਕੋਲ ਚਾਲਕ ਦਲ ਦੀ ਘਾਟ ਹੈ ਤਾਂ ਉਸ ਨੂੰ ਪਰਨ ਦੇ ਲਈ ਹੋਰ ਸਟਾਫ ਨਹੀਂ ਤਾਂ ਉਹਨਾਂ ਨੇ ਫਲਾਈਟ ਰੱਦ ਕਰ ਦਿੱਤੀ ਇਸ ਦੇ ਲਈ ਨਹੀਂ ਕਿ ਕੋਈ ਹੋਰ ਵਿਗਨ ਪਿਆ ਹੋਵੇ ਫਲਾਈਟ ਰੱਦ ਕਰਨ ਦਾ ਜਦਕਿ ਕੰਪਨੀ ਨੇ ਕਰਮਚਾਰੀਆਂ ਨੂੰ ਸਟਾਫ ਦੀ ਘਾਟ ਹੋਣ ਵਾਲੀਆਂ ਉਡਾਨਾਂ ਰੱਦ ਕਰਨ ਨੂੰ ਸੁਰੱਖਿਆ ਸਮੱਸਿਆ ਵਜੋਂ ਸ਼੍ਰੇਣੀਬੱਧ ਕਰਨ ਲਈ ਕਿਹਾ ਜਿਸ ਦੇ ਨਾਲ ਯਾਤਰੀਆਂ ਨੂੰ ਫੈਡਰਲ ਨਿਯਮਾਂ ਦੇ ਇਹਨਾਂ ਮੁਆਵਜ਼ੇ ਤੋਂ ਵੱਖ ਜਿਹੜਾ ਉਹ ਰੱਖਿਆ ਜਾਵੇਗਾ ਇਹ ਨੀਤੀ ਕਾਇਮ ਹੈ ਕੈਨੇਡਾ ਦਾ ਯਾਤਰੀ ਅਧਿਕਾਰ ਚਾਰਟਰ 에ਅਰ ਪੈਸੇਂਜਰ ਪ੍ਰੋਟੈਕਸ਼ਨ ਰੈਗੂਲੇਸ਼ਨ 에ਅਰਲਾਈਨਾਂ ਨੂੰ ਰੱਦ ਕਰਨ ਜਾਂ ਮਹੱਤਵਪੂਰਨ ਦੇਰੀ ਲਈ ਮੁਆਵਜ਼ੇ ਵਜੋਂ ਡਾਲਰ 1000 ਤੱਕ ਦਾ ਭੁਗਤਾਨ ਕਰਨ ਦਾ ਹੁਕਮ ਦਿੰਦਾ ਹੈ ਜੋ ਕੈਰੀਅਰ ਦੇ ਨਿਰੰਤਰਣ ਦੇ ਅੰਦਰ ਕਾਰਨਾ ਕਰਕੇ ਪੈਦਾ ਹੁੰਦਾ ਹੈ ਜਦੋਂ ਸੂਚਨਾ ਰਵਾਨਗੀ ਤੋਂ 14 ਦਿਨ ਯਾ ਘਟ ਸਮੇਂ ਪਹਿਲਾਉਂਦਾ ਹੈ ਹਾਲਾਂਕਿ ਜੇਕਰ ਸੁਰੱਖਿਆ ਉਦੇਸ਼ਾਂ ਲਈ ਤਬਦੀਲੀ ਦੀ ਲੋੜ ਸੀ ਤਾਂ 에ਅਰਲਾਈਨਾਂ ਨੂੰ ਭੁਗਤਾਨ ਨਹੀਂ ਕਰਨਾ ਪੈਂਦਾ ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਇੱਕ ਅਰਧ ਨਿਆਇਕ ਸੰਗੀ ਸੰਸਥਾ ਦਾ ਕਹਿਣਾ ਹੈ ਕਿ ਸਟਾਫ ਦੀ ਕਮੀ ਨੂੰ ਸੁਰੱਖਿਆ ਦੇ ਮਾਮਲੇ ਵਜੋਂ ਮੰਨਣਾ ਸੰਗੀ ਨਿਯਮਾਂ ਦੀ ਉਲੰਘਣਾ ਕਰਦਾ ਹੈ ਜੇਕਰ ਚਾਲਕ ਦਲ ਦੀ ਕਮੀ ਕੈਰੀਅਰ ਦੀਆਂ ਕਾਰਵਾਈਆਂ ਜਾਂ ਬਿਨਾਂ ਕਾਰਵਾਈਆਂ ਦੇ ਕਾਰਨ ਹੈ ਤਾਂ ਆਪੇਰ ਦੇ ਉਦੇਸ਼ਾਂ ਲਈ ਵਿਗਨ ਨੂੰ ਕੈਰੀਅਰ ਦੇ ਨਿਰੰਤਰਣ ਦੇ ਵਿੱਚ ਮੰਨਿਆ ਜਾਵੇਗਾ ਏਜੰਸੀ ਨੇ ਕਿਹਾ ਹੈ ਕਿ ਚਾਲਕ ਦਲ ਦੀ ਘਾਟ ਕਾਰਨ ਹੋਏ ਵਿਗਨ ਨੂੰ ਸੁਰੱਖਿਆ ਉਦੇਸ਼ਾਂ ਲਈ ਲੋੜੀਂਦਾ ਨਹੀਂ ਮੰਨਿਆ ਜਾਣਾ ਚਾਹੀਦਾ ਜਦੋਂ ਇਹ ਕੈਰੀਅਰ ਹੈ ਜਿਸ ਨੇ ਆਪਣੀਆਂ ਕਾਰਵਾਈਆਂ ਦੇ ਨਤੀਜੇ ਵਜੋਂ ਸੁਰੱਖਿਆ ਸਮੱਸਿਆ ਪੈਦਾ ਕੀਤੀ ਹੈ ਕੰਜ਼ਿਊਮਰ ਸੀਆਈਏ ਦੀ ਪਾਲਣਾ ਦੁਆਰਾ ਕਿਸੇ 에어ਲਾਈਨ ਦੇ ਦਾਅਵੇ ਦੇ ਇਨਕਾਰ ਕਰਨ ਦੇ ਵਿਵਾਦ ਕਰ ਸਕਦੇ ਨੇ ਹਾਲਾਂਕਿ ਏਜੰਸੀ ਦਾ ਬੈਕਲੌਗ ਮਈ ਤੱਕ 15300 ਹਵਾਈ ਯਾਤਰਾ ਦੀਆਂ ਸ਼ਿਕਾਇਤਾਂ ਤੇ ਸੀ ਹਾਲਾਂਕਿ ਯੂਰੋਪੀਅਨ ਯੂਨੀਅਨ ਦੇ ਨਿਯਮ ਉਹਨਾਂ ਸਥਿਤੀਆਂ ਤੋਂ ਸੁਰੱਖਿਆ ਕਾਰਨਾਂ ਨੂੰ ਬਾਹਰ ਨਹੀਂ ਰੱਖਦੇ ਜਿਨ੍ਹਾਂ ਨੂੰ ਰੱਦ ਕਰਨ ਜਾਂ ਦੇਰੀ ਦੀ ਸਥਿਤੀ ਵਿੱਚ ਮੁਆਵਜ਼ੇ ਦੀ ਲੋੜ ਹੁੰਦੀ ਹੈ ਭੁਗਤਾਨਾਂ ਨੂੰ ਸਿਰਫ ਅਸਾਧਾਰਨ ਹਾਲਾਤਾਂ ਦੇ ਨਤੀਜੇ ਵਜੋਂ ਜਿਵੇਂ ਕਿ ਮੌਸਮ ਜਾਂ ਪੋਲੀਟਿਕਲੀ ਅਸਥਿਰਤਾ ਕਾਰਨ ਰੋਕਿਆ ਜਾਂਦਾ ਹੈ న్యూਸ ਟੈਸਟ ਦੋ ਚੈਨਲ ਪੰਜਾਬੀ ਦੀ ਰਿਪੋਰਟ ਹਵਾਈ ਆਫਤਾਂ ਦੇ ਵਿਦੇਸ਼ੀ ਪਰਿਵਾਰਾਂ ਦੇ ਮੈਂਬਰਾਂ ਦੇ ਲਈ ਨਵਾਂ ਪ੍ਰੋਗਰਾਮ ਲਾਂਚ ਹੋ ਰਿਹਾ ਜਿਸ ਦੇ ਵਿੱਚ ਇਮੀਗ੍ਰੇਸ਼ਨ ਰਿਫਿਊਜੀ ਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਇਥੋਪੀਆ 에ਅਰਲਾਈਨ ਫਲਾਈਟ 302 ਤੇ ਯੂਕਰੇਨ ਇੰਟਰਨੈਸ਼ਨਲ 에ਅਰਲਾਈਨ ਫਲਾਈਟ 752 ਦੇ ਪੀੜਤ ਕੈਨੇਡੀਅਨ ਪਰਿਵਾਰਾਂ ਦੇ ਲਈ ਇੱਕ ਨਵਾਂ ਸਥਾਈ ਨਿਵਾਸ ਪ੍ਰੋਗਰਾਮ ਬਣਾਇਆ ਹੈ ਨਵਾਂ ਸਥਾਈ ਨਿਵਾਸ ਮਾਰਗ ਉਹਨਾਂ ਲੋਕਾਂ ਦੇ ਉੱਤੇ ਲਾਗੂ ਹੁੰਦਾ ਹੈ ਜੋ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਸੈਟਲ ਕਰਨ ਤੇ ਸਹਾਇਤਾ ਕਰਨ ਦੇ ਲਈ ਕੈਨੇਡਾ ਆਉਣਾ ਚਾਹੁੰਦੇ ਜਿਨ੍ਹਾਂ ਨੇ ਆਪਣੇ ਜੀਵਨ ਸਾਥੀ ਕਾਮਨ ਲੋ ਪਾਰਟਨਰ ਜਾਂ ਮਾਤਾ

ਇਮੀਗ੍ਰੇਸ਼ਨ ਰਿਫਿਊਜ਼ੀ ਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਇਥੋਪੀਆ 에어ਲਾਈਨਸ ਫਲਾਈਟ 302 ਤੇ ਯੂਕਰੇਨ ਇੰਟਰਨੈਸ਼ਨਲ 에어ਲਾਈਨਸ ਫਲਾਈਟ 752 ਦੇ ਪੀੜਤ ਕੈਨੇਡੀਅਨ ਪਰਿਵਾਰਾਂ ਲਈ ਇੱਕ ਨਵਾਂ ਸਥਾਈ ਨਿਵਾਸ ਪ੍ਰੋਗਰਾਮ ਬਣਾਇਆ ਹੈ ਇੱਕ ਸਰਕਾਰੀ ਮੀਡੀਆ ਰਿਲੀਜ਼ ਦੇ ਮੁਤਾਬਕ ਨਵਾਂ ਸਥਾਈ ਨਿਵਾਸ ਮਾਰਗ ਉਹਨਾਂ ਲੋਕਾਂ ਤੇ ਲਾਗੂ ਹੁੰਦਾ ਹੈ ਜੋ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਸੈਟਲ ਕਰਨ ਤੇ ਸਹਾਇਤਾ ਕਰਨ ਲਈ ਕੈਨੇਡਾ ਆਉਣਾ ਚਾਹੁੰਦੇ ਨੇ ਜਿਨ੍ਹਾਂ ਨੇ ਆਪਣੇ ਜੀਵਨ ਸਾਥੀ ਕਾਮਨ ਲੋ ਪਾਰਟਨਰ ਜਾਂ ਮਾਤਾ ਪਿਤਾ ਨੂੰ ਗਵਾ ਦਿੱਤਾ ਇਹ ਯਕੀਨੀ ਬਣਾਉਣ ਲਈ ਕਿ ਐਕਸਟੈਂਡਡ ਪਰਿਵਾਰਕ ਮੈਂਬਰਾਂ ਦੇ ਜੋਦੇ ਪਰਿਵਾਰ ਮੈਂਬਰਾਂ ਦੇ ਨਾਲ ਨਜ਼ਦੀਕੀ ਸਬੰਧ ਨੇ ਪਰਿਵਾਰ ਦੇ ਮੈਂਬਰ ਜੋ ਕੈਨੇਡਾ ਦੇ ਵਿੱਚ ਹੈ ਨੂੰ ਇੱਕ ਕਾਨੂੰਨੀ ਐਲਾਨ ਪ੍ਰਦਾਨ ਕਰਨ ਦੀ ਲੋੜ ਹੋਵੇਗੀ ప్రతి ਪਰਿਵਾਰ ਯੂਨਿਟ ਦੇ 2 ਜਿਹੜੇ ਐਕਸਟੈਂਡਡ ਪਰਿਵਾਰ ਮੈਂਬਰਾਂ ਦੀ ਲਿਮਿਟ ਹੈ ਹਵਾਈ ਆਫਤਾਂ ਦਾ ਸ਼ਿਕਾਰ ਹੋਣਾ ਲਾਜ਼ਮੀ ਹੈ ਕਿ ਉਹ ਇੱਕ ਕੈਨੇਡੀਅਨ ਨਾਗਰਿਕ ਸਥਾਈ ਨਿਵਾਸੀ ਜਾਂ ਫਿਰ ਵਿਦੇਸ਼ੀ ਨਾਗਰਿਕ ਹੋਵੇ ਜਿਸ ਨੂੰ ਸਥਾਈ ਨਿਵਾਸ ਲਈ ਮਨਜ਼ੂਰੀ ਦਿੱਤੀ ਗਈ ਹੋਵੇ ਇਥੋਪੀਆ 에ਅਰਲਾਈਨਸ ਦੇ ਹਾਦਸੇ ਵਿੱਚ 22 ਪੀੜਤ ਕੈਨੇਡੀਅਨ ਸਨ ਤੇ ਯੂਕਰੇਨ ਇੰਟਰਨੈਸ਼ਨਲ 에ਅਰਲਾਈਨਸ ਦੇ ਜਹਾਜ਼ ਵਿੱਚ 85 ਪੀੜਤ ਸਨ ਜੋ ਕੈਨੇਡੀਅਨ ਨਾਗਰਿਕ ਜਾਂ ਸਥਾਈ ਨਿਵਾਸੀ ਸਨ ਇਹ ਨਵਾਂ ਉਪਾਅ IRCC ਦੀ ਮਈ 2021 ਨੀਤੀ ਦੀ ਪਾਲਣਾ ਕਰਦਾ ਹੈ ਜਿਸ ਨੇ ਇਨ੍ਹਾਂ ਹਵਾਈ ਤਬਾਹੀ ਦੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਲਈ ਸਥਾਈ ਨਿਵਾਸ ਲਈ ਇੱਕ ਮਾਰਗ ਦੀ ਪੇਸ਼ਕਸ਼ ਕੀਤੀ ਹੈ ਜੋ ਹਲਾ ਹੀ ਕੈਨੇਡਾ ਵਿੱਚ ਸਨ ਇਹ ਨੀਤੀ 11 ਮਈ 2022 ਨੂੰ ਸਥਾਪਿਤ ਹੋ ਗਈ ਯੋਗ ਤਤਕਾਲ ਦੇ ਵਦੇ ਹੋਏ ਪਰਿਵਾਰਕ ਮੈਂਬਰ ਹੁਣ ਅਰਜ਼ੀ ਦੇ ਸਕਦੇ ਨੇ ਭਾਵੇਂ ਉਹ ਕੈਨੇਡਾ ਤੋਂ ਬਾਹਰ ਹਨ ਕੈਨੇਡਾ ਤੋਂ ਬਾਹਰ ਪਰਿਵਾਰਾਂ ਦੇ ਲਈ ਜਨਤਕ ਨੀਤੀ 3 ਅਗਸਤ 2022 ਤੋਂ 2 ਅਗਸਤ 2023 ਤੱਕ ਲਾਗੂ ਹੈ ਅਪਲਾਈ ਕਰਨ ਦੇ ਯੋਗ ਹੋਣ ਲਈ ਤੁਹਾਡਾ ਕੈਨੇਡਾ ਤੋਂ ਬਾਹਰ ਹੋਣਾ ਲਾਜ਼ਮੀ ਹੈ ਤੁਹਾਨੂੰ ਤੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਕੈਨੇਡਾ ਲਈ ਯੋਗ ਨਹੀਂ ਹੋਣਾ ਚਾਹੀਦਾ ਤੁਹਾਨੂੰ ਕਿਸੇ ਕੈਨੇਡੀਅਨ ਪੀੜਤ ਜਾਂ ਉਹਨਾਂ ਦੇ ਜੀਵਨ ਸਾਥੀ ਜਾਂ ਕਾਮਨ ਲਾਅ ਪਾਰਟਨਰ ਨਾਲ ਸੰਬੰਧਿਤ ਹੋਣਾ ਚਾਹੀਦਾ ਜੋ ਇਥੋਪੀਆ 에ਅਰਲਾਈਨਸ ਫਲਾਈਟ 302 ਜਾਂ ਯੂਕਰੇਨ ਇੰਟਰਨੈਸ਼ਨਲ 에ਅਰਲਾਈਨਸ ਫਲਾਈਟ 752 ਦੀ ਉਡਾਨ ਦੌਰਾਨ ਗੁਜ਼ਰ ਗਿਆ ਹੋਵੇ ਤਾਨੂੰ ਕੈਨੇਡਾ ਵਿੱਚ ਪਰਿਵਾਰ ਦੇ ਕਿਸੇ ਜਿਉਂਦੇ ਜੀਤੋ ਇੱਕ ਸੰਪੂਰਨ ਤੇ ਹਸਤਾਖਰ ਕਾਨੂੰਨੀ ਐਲਾਨ 0171 ਪ੍ਰਦਾਨ ਕਰਨਾ ਚਾਹੀਦਾ ਹੈ ਪਰਿਵਾਰਕ ਮੈਂਬਰ ਜ਼ਿਆਦਾਤਰ ਦੋ ਪ੍ਰਮੁੱਖ ਬਿਨੇਕਾਰਾਂ ਲਈ ਸਿਰਫ ਇੱਕ ਵਿਧਾਨਕ ਐਲਾਨ ਪੱਤਰ ਤੇ ਹਸਤਾਖਰ ਕਰ ਸਕਦੇ ਨੇ ਤੁਸੀਂ ਉਸ ਵਿਅਕਤੀ ਦੇ ਨਾਲ ਵੀ ਸੰਬੰਧਿਤ ਹੋ ਸਕਦੇ ਹੋ ਜਿਸ ਨੇ ਹਾਲੀਆ ਹਵਾਈ ਆਫਤਾਂ ਦੇ ਪੀੜਤ ਕੈਨੇਡੀਅਨ ਪਰਿਵਾਰਾਂ ਲਈ ਸਥਾਈ ਨਿਵਾਸ ਦੀ ਸਹੂਲਤ ਲਈ ਅਸਥਾਈ ਜਨਤਕ ਨੀਤੀ ਤੇ ਤਹਿਤ ਸਥਾਈ ਨਿਵਾਸ ਪ੍ਰਾਪਤ ਕੀਤਾ ਹੈ ਜੇਕਰ ਤੁਹਾਨੂੰ ਜਾਂ ਉਹਨਾਂ ਦੀ ਅਰਜ਼ੀ ਤੇ ਗੈਰ ਸੰਗਠਿਤ ਪਰਿਵਾਰਕ ਮੈਂਬਰਾਂ ਦੇ ਵੱਜੋਂ ਐਲਾਨ ਕੀਤਾ ਗਿਆ ਸੀ ਜਾਂ ਉਹਨਾਂ ਦੇ ਬੱਚੇ ਨੇ ਤੁਹਾਡੇ ਮਾਤਾ ਪਿਤਾ ਦੇ ਸਥਾਈ ਨਿਵਾਸੀ ਬਣਨ ਤੋਂ ਬਾਅਦ ਹੋਏ ਨੇ ਉਹਨਾਂ ਵਿੱਚ ਜਿਹੜੇ ਐਲੀਜੀਬਲ ਨੇ ਉਸ ਦੇ ਵਿੱਚ ਸਪਾਊਸ ਤੇ ਕਾਮਨ ਲਾਅ ਪਾਰਟਨਰ ਜਿਹੜੇ ਬੱਚੇ ਨੇ ਉਹ ਕਿਸੇ ਵੀ ਉਮਰ ਦੇ ਪੇਰੈਂਟਸ ਹੋ ਸਕਦੇ ਨੇ ਗ੍ਰੈਂਡ ਪੇਰੈਂਟ ਗ੍ਰੈਂਡ ਚਿਲड्रन ਸਿਬਲਿੰਗਸ ਜਿਹੜੇ ਕਿ ਇਨਕਲੂਡਿੰਗ ਹਾਫ ਸਿਬਲਿੰਗਸ ਵੀ ਇਹਦੇ ਵਿੱਚ ਸ਼ਾਮਿਲ ਨੇ ਇਹ ਆਂਟੀ ਜਾਂ ਫਿਰ ਅੰਕਲ ਯਾਨੀ ਕਿ ਉਹਨਾਂ ਦੇ ਕੋਈ ਮਦਰ ਜਾਂ ਫਾਦਰ ਸਿਬਲਿੰਗਸ ਤੇ ਨੈਫਿਊ ਤੇ ਨੀਜ਼ ਜਿਹੜੇ ਉਹ ਹੋ ਸਕਦੇ ਨੇ ਉਹਨਾਂ ਦੇ ਸਿਬਲਿੰਗਸ ਜਿਹੜੇ ਚਾਈਲਡ ਹੋ ਸਕਦੇ ਨੇ ਐਲੀਜੀਬਲ ਰਿਲੇਟਿਵਸ ਜਿਹੜੇ ਨੇ ਵਿਕਟਮ ਦੇ ਸਪਸਸਰ ਕਾਮਨ ਲਾਅ ਦੇ ਅੰਦਰ ਆਉਂਦੇ ਨੇ ਪਾਰਟਨਰ ਇਨਕਲੂਡ ਨੇ ਇਹਦੇ ਵਿੱਚ ਉਹ ਹੋ ਸਕਦੇ ਨੇ ਇਸ ਤੋਂ ਇਲਾਵਾ ਦੱਸਿਆ ਕਿ ਚਾਈਲਡ ਪੈਰੈਂਟ ਗ੍ਰੈਂਡਪੈਰੈਂਟ ਗ੍ਰੈਂਡਚਿਲਡਰਨ ਸਿਬਲਿੰਗ ਇਹ ਸਾਰੇ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਜਿਹੜੀ ਕੈਟਾਗਰੀ ਹੁਣ ਤੱਕ ਸ਼ਾਮਿਲ ਕੀਤੀ ਗਈ ਹੈ ਤੁਸੀਂ ਆਪਣੀ ਅਰਜ਼ੀ ਵਿੱਚ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਸ਼ਾਮਿਲ ਕਰ ਸਕਦੇ ਹੋ ਜੇਕਰ ਉਹ ਕੈਨੇਡੀਅਨ ਸਥਾਈ ਨਿਵਾਸੀ ਬਣਨ ਲਈ ਸਾਰਿਆਂ ਦਾਖਲਾ ਲੋੜਾਂ ਨੂੰ ਪੂਰਾ ਕਰਦੇ ਨੇ ਬੇਸ਼ੱਕ ਤੁਹਾਡੇ ਪਰਿਵਾਰਕ ਮੈਂਬਰ ਕੈਨੇਡਾ ਆਉਣ ਦੀ ਯੋਜਨਾ ਨਹੀਂ ਬਣਾਉਂਦੇ ਤੁਹਾਨੂੰ ਆਪਣੀ ਅਰਜ਼ੀ ਤੇ ਉਹਨਾਂ ਦਾ ਐਲਾਨ ਕਰਨਾ ਚਾਹੀਦਾ ਹੈ ਨਹੀਂ ਤਾਂ ਤੁਸੀਂ ਬਾਅਦ ਵਿੱਚ ਉਹਨਾਂ ਨੂੰ ਸਪான்ਸਰ ਨਹੀਂ ਕਰ ਸਕੋਗੇ ਯੂਸਟੈਸ ਤੋਂ ਚੈਨਲ ਪੰਜਾਬੀ ਰਿਪੋਰਟ ਇੱਥੇ ਅਗੇ ਦੇਖਦੇ ਹਾਂ ਅਹਿਮ ਮੁੱਦੇ ਤੇ ਆਧਾਰਿਤ ਗੱਲ ਅੱਜ ਦੀ 에ਅ ਟ੍ਰੈਵਲ ਇੱਕ ਵੱਡੀ ਸਮੱਸਿਆ ਆ ਇਸ ਵੇਲੇ ਕਈ ਤਰ੍ਹਾਂ ਦਾ ਜਿਹੜਾ ਲੋਕਾਂ ਦਾ ਨੁਕਸਾਨ 에ਅ ਟ੍ਰੈਵਲ ਦੇ ਵਿੱਚ ਹੋ ਰਿਹਾ ਫਲਾਈਟਾਂ ਲੇਟ ਹੋ ਰਹੀਆਂ ਕਈ ਕੈਂਸਲ ਹੋ ਰਹੀਆਂ ਲੋਕ ਫਸੇ ਬੈਠੇ ਆ ਕਿਤੇ ਨਾ ਕਿਤੇ ਅਰ ਸਭ ਤੋਂ ਵੱਡੀ ਸਮੱਸਿਆ ਲੋਕਾਂ ਦਾ ਸਮਾਨ ਗਵਾਚ ਰਿਹਾ ਜਾਂ ਤਾਂ ਡਿਲੇ ਹੋ ਰਿਹਾ ਜਾਂ ਸਮਾਨ ਗਵਾਚ ਰਿਹਾ ਤੇ ਇਹ ਕੱਲਾ ਇੱਕ ਥਾਂ ਦੇ ਉੱਤੇ ਕੈਨੇਡਾ ਦੇ ਨਹੀਂ ਪੂਰਾ ਹੀ ਵਰਲਡ ਵਾਈਡ ਹੀ ਇਹ ਸਾਰਾ ਕੁਝ ਚੱਲ ਰਿਹਾ ਹੈ ਜੇ ਇਹ ਦੀ ਧਾਰਨ ਸਮਝ ਨਹੀਂ ਹੋਵੇ ਕਿ ਸਮਾਨ ਕਿੰਨਾ ਕਿ ਗਵਾਚ ਰਿਹਾ ਜਿਹੜੇ ਅਟੈਚੀ ਲੋਕਾਂ ਦੇ ਜਾਂਦੇ ਆ ਬੈਗ ਜਾਂਦੇ ਆ ਉਹ ਕਿੰਨੇ ਕਿ ਇੱਧਰ ਉੱਧਰ ਹੋ ਰਹੇ ਆ ਇਹਦਾ ਇੱਕ ਅੰਦਾਜ਼ਾ ਲਾਇਆ ਜਾ ਸਕਦਾ ਜਿਹੜੀ ਡੈਲਟਾ 에ਅਰਲਾਈਨ ਆ ਇਹਨੇ ਡਿਸਾਈਡ ਕੀਤਾ ਇੱਕ ਜਹਾਜ਼ ੜਾਉਣ ਲਈ ਕਿ ਅਸੀਂ ਲੰਡਨ ਤੋਂ ਲੈ ਕੇ ਜਿਹਨਾਂ ਦੀ ਡੈਟਰਾਇਟ ਅਮਰੀਕਾ ਦੇ ਵਿੱਚ ਹੱਬ ਆ ਕਿ ਲੰਡਨ ਤੋਂ ਉੱਥੇ ਡੈਟਰਾਇਟ ਦੇ ਵਿੱਚ ਇੱਕ ਫਲਾਈਟ ਆਊਗੀ ਜਿਹਦੇ ਵਿੱਚ ਹਜ਼ਾਰ ਗਵਾਚਾ ਬੈਗ ਆ ਤੇ ਉਹੀ ਲੈ ਕੇ ਆ ਰਹੀ ਜਹਾਜ਼ ਖਾਲੀ ਲਿਆ ਰਿਹਾ ਖਾਲੀ ਵੀ ਮਤਲਬ ਸਮਾਨ ਨਾਲ ਭਰਿਆ ਜਹਾਜ਼ ਲਿਆ ਰਿਹਾ ਕਿ ਇੰਨਾ ਕੁ ਸਮਾਨ ਲੋਕਾਂ ਦਾ ਗਵਾਚ ਚੁੱਕਿਆ ਕਿ ਉਹਨੂੰ ਇਕੱਠਾ ਕਰਕੇ ਲਿਆਉਣ ਦੇ ਲਈ ਇਹਨਾਂ ਨੂੰ ਇੱਕ ਪੂਰੇ ਦੇ ਪੂਰੇ ਜਹਾਜ਼ ਦੀ ਲੋੜ ਪੈ ਗਈ ਡੈਲਟਾ 에ਅਰਲਾਈਨ ਨੂੰ ਲੰਡਨ ਹਿਥਰੋ ਤੋਂ ਲੈ ਕੇ ਡੈਟਰਾਇਟ ਤੱਕ ਆਉਣ ਦੇ ਲਈ ਤੇ ਇਥੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਇਹ ਸਮੱਸਿਆ ਕਿੰਨੀ ਕੁ ਵੱਡੀ ਹੈ ਕੈਂਸਲੇਸ਼ਨ ਹੋ ਰਹੀਆਂ ਡਿਲੇਸ ਹੋ ਰਹੀਆਂ ਹੁਣ ਜਿਹੜੀ ਰਿਪੋਰਟ ਆ ਰਹੀ ਹੈ ਯੂ ਐਸ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਤੋਂ ਉਹ ਵੀ ਦੱਸ ਰਿਹਾ ਹੈ ਕਿ ਜਿਹੜੇ ਮਿਸ ਹੈਂਡਲਡ ਬੈਗ ਆ ਉਹਦੇ ਵਿੱਚ ਵੀ ਗਿਣਤੀ ਦੇ ਵਿੱਚ ਵਾਧਾ ਹੋਇਆ ਹੈ ਔਰ ਏਸੀ ਡਾਟਾ ਜਿਹੜਾ ਲਗਭਗ ਕੈਨੇਡਾ ਦੇ ਵਿੱਚ ਵੀ ਹੈ ਕਿ ਸਮਾਨ ਜਾਂ ਤਾਂ ਟੁੱਟ ਗਿਆ ਜਾਂ ਗਵਾਚ ਗਿਆ ਜਾਂ ਡਿਲੇ ਹੋ ਗਿਆ ਪਹਿਲਾਂ ਮਈ 2021 ਦੇ ਵਿੱਚ 100 ਦੇ ਵਿੱਚੋਂ ਆ ਮਤਲਬ 0.38 ਮਤਲਬ ਅੱਧੇ ਤੋਂ ਵੀ ਘੱਟ ਬੈਗ ਸੀਗੇ ਜਿਹੜੇ ਕਹ ਲਓ ਕਿ ਮਿਸਹੈਂਡਲਡ ਹੁੰਦੇ ਸੀ ਜਾਂ ਗਲਤ ਤਰੀਕੇ ਨਾਲ ਹੈਂਡਲ ਕੀਤੇ ਜਾਂਦੇ ਸੀ ਹੁਣ ਉਹ ਵਧ ਕੇ ਕਹਿੰਦੇ 0.56 ਹੋ ਗਏ ਆ ਮਈ 22 ਦੇ ਵਿੱਚ ਤੇ 0.93 ਬੈਗਸ ਲਗਭਗ 100 ਦੇ ਵਿੱਚੋਂ ਇੱਕ ਜਿਹੜਾ ਹੈਗਾ ਆ ਉਹ ਦੱਸਦਿਆ ਕਿ ਮਿਸਹੈਂਡਲ ਕੀਤਾ ਗਿਆ ਮਈ 2022 ਦੇ ਵਿੱਚ ਜਿਹੜੀਆਂ ਕਈ ਯੂਐਸ ਦੀਆਂ 에ਅਰਲਾਈਨਸ ਹੈਗੀਆਂ ਉਹਦੇ ਵਿੱਚ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜੇ ਤੁਹਾਡੇ ਕੋਲੇ ਸਾਰਾ ਕੁਝ ਹੋ ਹੀ ਜਾਂਦਾ ਤਾਂ ਤੁਹਾਨੂੰ ਕੀ ਕਰਨਾ ਪਊਗਾ ਤੁਹਾਨੂੰ ਖਿਆਲ ਕੇ ਇਸ ਗੱਲ ਦਾ ਰੱਖਣਾ ਪਊਗਾ ਉਹ ਕਹਿੰਦੇ ਜਿਹੜਾ ਇਹ ਡਿਸਟਰਪਸ਼ਨ ਬਹੁਤ ਹੁੰਦੀ ਹੈ ਜਦੋਂ ਇੱਕ ਵੀ ਸਮਾਨ ਇੱਧਰ ਉੱਧਰ ਹੋ ਜਾਂਦਾ ਤਾਂ ਉਹਦੇ ਤੋਂ ਬਾਅਦ ਲੋਕਾਂ ਨੂੰ 에ਅਰਲਾਈਨ ਨੂੰ ਸਾਰੇ ਕੁਝ ਨੂੰ ਜਿਹੜੀ ਵਿਪਤਾ ਪੈ ਜਾਂਦੀ ਹੈ ਇੱਕ ਤੇ ਉਹ ਕਹਿੰਦੇ ਫੇਰ बार-बार ਉਹੀ ਗੱਲ ਕਹਿ ਰਹੇ ਕਿ ਸਟਾਫਿੰਗ ਦਾ ਇਸ਼ੂ ਆ ਦੂਜਾ ਜਿਹੜੀ ਫਲਾਈਟ ਕਿੱਦਾਂ ਉੱਡ ਰਹੀ ਆ ਤੁਸੀਂ ਕਨੈਕਟਡ ਫਲਾਈਟ ਦੇ ਵਿੱਚ ਜਾ ਰਹੇ ਹੋ ਡਾਇਰੈਕਟ ਫਲਾਈਟ ਦੇ ਵਿੱਚ ਜਾ ਰਹੇ ਆ ਇਹ ਵੀ ਬਹੁਤ ਚੀਜ਼ਾਂ ਮੈਟਰ ਕਰਦੀਆਂ ਆ ਤੇ ਉਹ ਕਹਿੰਦੇ ਵੀ ਜਦੋਂ ਤੁਸੀਂ 에어ਪੋਰਟ ਦੇ ਉੱਤੇ ਜਾਣਾ ਆ ਤਾਂ ਉਹਦੇ ਚ ਕੋਸ਼ਿਸ਼ ਕਰੋ ਵੀ ਨੌਨ ਸਟਾਪ ਫਲਾਈਟ ਲਓ ਐਸ ਵੇਲੇ ਭਾਵੇਂ ਥੋੜੀ ਜਿਹੀ ਮਹਿੰਗੀ ਹੋਊਗੀ ਪਰ ਉਹਦਾ ਫਾਇਦਾ ਬਹੁਤ ਸਾਰਾ ਸਮਾਨ ਹੈ ਮਤਲਬ ਜੇ ਵਾਕਿਆ ਤੁਸੀਂ ਸਮਾਨ ਲਈ ਸੀਰੀਅਸ ਆਂ ਜਾਂ ਚਾਹੁੰਦੇ ਆਂ ਕਿ ਸਮਾਨ ਠੀਕ ਠਾਕ ਪਹੁੰਚਵੇ ਬਹੁਤ ਸਾਰਾ ਲਗੇਜ ਆ ਉਹ ਜਿਹੜੀਆਂ ਕਿਤੇ ਸਟਾਪ ਕਰਕੇ ਫਲਾਈਟ ਜਾਂਦੀਆਂ ਜਾਂ ਜਿੱਥੇ ਟਰਾਂਸਫਰ ਹੁੰਦੇ ਆ ਉੱਥੇ ਉਹਦੇ ਜ਼ਿਆਦਾ ਚਾਂਸਸ ਆ ਕਿ ਉਹ ਗਵਾਚ ਜਾਂਦਾ ਜਾਂ ਇਧਰ ਉਧਰ ਹੋ ਜਾਂਦਾ ਜਿਹੜੀ ਡਾਇਰੈਕਟ ਫਲਾਈਟ ਆ ਉਹਦੇ ਵਿੱਚ ਘੱਟ ਚਾਂਸਸ ਨੇ ਅ ਦੂਜਾ ਹੈਗਾ ਕਿ ਫੁੱਲ ਸਰਵਿਸ 에ਅਰਲਾਈਨਸ ਹੈਗੀਆਂ ਉਹ ਜਿਹੜੀਆਂ ਕਈ ਵਾਰੀ ਸਮਾਨ ਇੱਧਰ ਉੱਧਰ ਕਰ ਦਿੰਦੀਆਂ ਜਿਹੜੀਆਂ ਡਿਸਕਾਊਂਟ ਜਿਹੜੀਆਂ ਡਿਸਕਾਊਂਟ 에ਅਰਲਾਈਨਸ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਦੇਖਿਆ ਜਾ ਸਕਦਾ ਸੋ ਤੁਹਾਨੂੰ ਜਿਹੜੀਆਂ ਇਹ ਵੀ ਦੇਖਣਾ ਪਊਗਾ ਕਿ ਤੁਸੀਂ ਕਿਹੜੀ 에ਅਰਲਾਈਨ ਦੇ ਵਿੱਚ ਜਾ ਰਹੇ ਹੋ ਤੁਹਾਡਾ ਲਗੇਜ ਜਿਹੜਾ ਆ ਉਹਦੇ ਵਿੱਚ ਦੂਜਾ ਉਹ ਕਹਿੰਦੇ ਵੀ ਜਦੋਂ ਤੁਸੀਂ ਉਹਦੇ ਵਿੱਚ ਸਮਾਨ ਰੱਖਣਾ ਹੈ ਆਪਣੇ ਲਗੇਜ ਦੇ ਵਿੱਚ ਉਹਦੀ ਫੋਟੋ ਲੈ ਲਓ ਕੰਟੈਂਟ ਦੀ ਪਤਾ ਨਹੀਂ ਕਾ ਲੋ ਕਿੱਥੇ ਲੋਡ ਪਾਣੀ ਤੇ ਕੀ ਅਪਰੂਵ ਕਰਨਾ ਪੈ ਜਾਣਾ ਸਮਾਨ ਟੱਚ ਰੱਖ ਲਓ ਟੱਚੀ ਬੰਦ ਕਰਨ ਤੋਂ ਪਹਿਲਾਂ ਉਹਦੀ ਫੋਟੋ ਅ ਜ਼ਰੂਰ ਖਿੱਚ ਲੋ ਕਈ ਥਾਵਾਂ 'ਤੇ ਇਸ ਚੀਜ਼ ਦਾ ਫਾਇਦਾ ਹੋਇਆ ਲੋਕਾਂ ਨੂੰ ਦਿਸਿਆ ਬਹੁਤ ਸਾਰੇ ਲੋਕਾਂ ਨੇ ਜਿਹੜੇ ਉਹ ਟੈਗਸ ਨੇ ਉਹ ਯੂਜ਼ ਕੀਤੇ ਆ ਜਿਹੜੇ ਟਰੇਸ ਹੋ ਜਾਂਦੇ ਜਣੀ ਉਹਦੇ ਵਿੱਚ ਤੁਸੀਂ ਕੁਝ ਰੱਖ ਦਿੱਤਾ ਅਟੈਚੀ ਦੇ ਉਹ ਛੱਲੇ ਜੇ ਵਾਂਗੂ ਛੋਟਾ ਜਿਹਾ ਹੁੰਦਾ ਤੇ ਆਪਣੇ ਫੋਨ ਦੇ ਉੱਤੇ ਹੀ ਤੁਹਾਨੂੰ ਟਰੈਕ ਕਰ ਸਕਦੇ ਹੋ ਤੁਹਾਨੂੰ ਪਤਾ ਲੱਗ ਜਾਂਦਾ ਕਿ ਸਮਾਨ ਮੇਰਾ ਇਸ ਵੇਲੇ ਕਿੱਥੇ ਪਿਆ ਤੁਸੀਂ ਜੇ ਟੋਰਾਂਟੋ ਤੋਂ ਵੈਨਕੂਬਰ ਆ ਰਹੇ ਆਂ ਤੇ ਤੁਸੀਂ ਵੈਨਕੂਬਰ ਪਹੁੰਚ ਗਏ ਹੋ ਸਕਦਾ ਸਮਾਨ ਤੁਹਾਡਾ ਟੋਰਾਂਟੋ ਹੀ ਪਿਆ ਹੋਵੇ ਤੇ ਉਹ ਫੋਨ ਦੇ ਉੱਤੇ ਤੁਸੀਂ ਟਰੇਸ ਕਰ ਸਕਦੇ ਹੋ ਮੇਰਾ ਸਮਾਨ ਟੋਰਾਂਟੋ ਹੀ ਆ ਜਾਂ ਵੈਨਕੂਬਰ ਵੀ ਆ ਇਦੇ ਨਾਲ ਕਹਿੰਦੇ ਜਿਹੜਾ ਲੱਭਿਆ ਜਾ ਸਕਦਾ ਸੋ ਬੈਗੇਜ ਟਰੈਕਿੰਗ ਨੂੰ ਵੀ ਯੂਜ਼ ਕੀਤਾ ਜਾ ਸਕਦਾ ਇਹਦੇ ਨਾਲ ਵੀ ਕਈ ਥਾਵਾਂ ਦੇ ਉੱਤੇ ਫਾਇਦਾ ਹੋਇਆ ਦੂਜਾ ਉਹ ਕਹਿੰਦੇ ਜਿਹੜੀ ਆਈਡੀ ਆ ਤੁਹਾਡੀ ਪ੍ਰੋਪਰ ਆਈਡੀ ਇੱਕ ਸੂਟਕੇਸ ਦੇ ਉੱਤੇ ਵੀ ਲਾਓ ਤੇ ਇਹਦੇ ਅੰਦਰ ਵੀ ਰੱਖੋ ਇਹਦੇ ਨਾਲ ਵੀ ਫਾਇਦਾ ਹੁੰਦਾ ਆਇਡੈਂਟੀਫਾਈ ਕਰਨ ਦੇ ਵਿੱਚ ਚਾਂਸਸ ਆ ਘੱਟ ਹੋ ਜਾਣ ਦੇ ਹਾਲਾਂਕਿ ਜਦੋਂ ਉੱਤੇ ਟੈਗ ਜੇ ਲਾਉਂਦੇ ਆ ਉਹ ਕਾਗਜ਼ ਦੇ ਹੈਂਡਲ ਦੇ ਉੱਤੇ ਉਹਦੇ ਉੱਤੇ ਸਾਰੀ ਡਿਟੇਲ ਹੁੰਦੀ ਆ ਪਰ ਤੁਸੀਂ ਆਪਣਾ ਨਾਮ ਪਤਾ ਲਿਖ ਕੇ ਜਿੱਦਾਂ ਕਿ ਬਹੁਤੇ ਲੋਕਾਂ ਨੇ ਪਹਿਲਾਂ ਟੈਚੀ ਦੇ ਉੱਤੇ ਲਿਖਿਆ ਹੁੰਦਾ ਉਹਦੇ ਉੱਤੇ ਵੀ ਲਾਓ ਤੇ ਉਹਦੇ ਵਿੱਚ ਵੀ ਰੱਖ ਦਿਓ ਇਹਦੇ ਨਾਲ ਵੀ ਕਹਿੰਦੇ ਕਾਫੀ ਜ਼ਿਆਦਾ ਫਾਇਦਾ ਹੁੰਦਾ ਕੁਝ ਥਾਵਾਂ ਦੇ ਉੱਤੇ ਕ੍ਰੈਡਿਟ ਕਾਰਡ ਕਵਰੇਜ ਨੂੰ ਇੱਕ ਵਾਰੀ ਜ਼ਰੂਰ ਰਿਵਿਊ ਕਰ ਲਓ ਜਿੱਥੇ ਤੁਸੀਂ ਪੇ ਕੀਤਾ ਉਹਦੇ ਨਾਲ ਕੀ ਕੀ ਹੋਣਾ ਹੈ ਕੀ ਕੀ ਉਹਦੇ ਵਿੱਚ ਕਵਰ ਹੈਗਾ ਉਹ ਵੀ ਜਿਹੜਾ ਕੀਤਾ ਜਾ ਸਕਦਾ ਔਰ ਦੂਜਾ ਹੈਗਾ ਕਿ ਜਦੋਂ ਤੁਸੀਂ 에어ਪੋਰਟ ਦੇ ਉੱਤੇ ਪਹੁੰਚਦੇ ਆ ਤਾਂ ਇਹਨੂੰ ਸਮਾਨ ਨੂੰ ਟਾਈਮ ਦੇ ਉੱਤੇ ਚੈੱਕ ਕਰੋ ਸਿਸਟਮ ਨੂੰ ਪੁਸ਼ ਕਰਨ ਦੀ ਕੋਸ਼ਿਸ਼ ਨਾ ਕਰੋ ਫਿਰ ਉਹ ਕਹਿੰਦੇ ਬਹੁਤੀ ਵਾਰੀ ਤੁਸੀਂ ਇਹਨੂੰ ਆਪਣੇ ਫੋਨ ਦੇ ਕੈਮਰੇ ਨੂੰ ਯੂਜ਼ ਕਰੋ ਜਿਹੜਾ ਸਮਾਨ ਕਿਸੇ ਵੀ ਲੈ ਕੇ ਜਾ ਰਹੇ ਹੋ ਉਹਦੀ ਫੋਟੋ ਜਿਹੜੀ ਖਿੱਚੀ ਜਾ ਸਕਦੀ ਹੈ ਤੇ ਜੇ ਕਹਿੰਦੇ ਰੱਬ ਨਾ ਕਰੇ ਤੁਹਾਡਾ ਸਮਾਨ ਡਿਲੇ ਹੋ ਗਿਆ ਤੁਸੀਂ ਉੱਥੇ ਪਹੁੰਚ ਗਏ ਆ ਸਪੌਟ ਦੇ ਉੱਤੇ ਤੇ ਸਮਾਨ ਤੁਹਾਡਾ ਹੈ ਨਹੀਂ ਸੂਟ ਕੇਸ ਤੁਹਾਡਾ ਨਹੀਂ ਆਇਆ ਤੇ ਫਿਰ ਜਿਹੜਾ ਹੈਗਾ ਤੁਹਾਨੂੰ ਆਪਣੀ ਜਿਹੜੀ ਟਰੈਵਲ ਐਡਵਾਈਸ ਵੈਬਸਾਈਟ ਆ ਉਹਦੇ ਉੱਤੇ ਜਾ ਕੇ ਦੇਖਿਆ ਜਾ ਸਕਦਾ ਉਹਨਾਂ ਨੂੰ ਇਨਫੋਰਮ ਕਰੋ ਉਹਨਾਂ ਨੂੰ ਆਪਣਾ ਫਾਰਮ ਭਰ ਕੇ ਦਿਓ ਉੱਥੇ ਇੱਕ ਫਾਰਮ ਹੁੰਦਾ ਕਿ ਸਾਡਾ ਸਮਾਨ ਨਹੀਂ ਆਇਆ ਉਹ ਫਾਰਮ ਭਰ ਕੇ ਦੇ ਕੇ ਤੁਹਾਡਾ ਐਡਰੈਸ ਲੈ ਲੈਂਦੇ ਤੇ ਉਹ ਅਗਲੇ ਦਿਨ ਜਾਂ ਜਦੋਂ ਵੀ ਉਹ ਸਮਾਨ ਮਿਲਦਾ ਤੁਹਾਡੇ ਤੱਕ ਆਪ ਪਹੁੰਚਾ ਦਿੰਦੇ ਆ ਜੇ ਕਹਿੰਦੇ ਤੁਹਾਡਾ ਸਮਾਨ ਗਵਾਚ ਹੀ ਜਾਵੇ ਵੀ ਉਹ ਕਹਿੰਦੇ ਦੀ 에어ਲਾਈਨ ਕਹਿ ਦਿੰਦੀ ਆ ਵੀ ਸਾਡਾ ਸਮਾਨ ਗਵਾਚ ਹੀ ਗਿਆ ਸਾਡੇ ਕੋਲ ਹੈ ਨਹੀਂ ਗਿਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਇਦਾਂ ਦੀਆਂ ਵੀ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆਈਆਂ ਆ ਤਾਂ ਉਹਦੇ ਲਈ ਫਿਰ ਕੋਈ ਨਾ ਕੋਈ ਕੰਪਨਸੇਸ਼ਨ ਤੁਹਾਡਾ ਉਹਦੇ ਵੀ ਜਿਹੜੇ ਜਿਹੜੀਆਂ ਜਿਹੜੀਆਂ ਬਹੁਤ ਬਰੀਕ ਅੱਖਰਾਂ ਦੇ ਵਿੱਚ ਜਿਹੜੇ ਰੂਲਸ ਲਿਖੇ ਹੁੰਦੇ ਆ ਉਹਨਾਂ ਨੂੰ ਵੀ ਪੜਿਆ ਜਾ ਸਕਦਾ ਉਹਦੇ ਕੋਲੋਂ ਵੀ ਜਾਣਕਾਰੀ ਲਈ ਜਾ ਸਕਦੀ ਹੈ ਕਿ ਇਸ 에어ਲਾਈਨ ਦੇ ਰੂਲ ਕਿਹੜੇ ਆ ਜਾਂ ਜਿਹੜੀ ਸਿਵਲ ਐਜੂਕੇਸ਼ਨ ਅਥਾਰਟੀ ਦੀ ਸਾਈਟ ਆ ਉਹਦੇ ਉੱਤੇ ਵੀ ਜਾ ਕੇ ਤੁਸੀਂ ਆਪਣਾ ਕਰ ਸਕਦੇ ਹੋ ਲਾਇਬਿਲਟੀ ਲਿਮਿਟਸ ਵੀ ਹੁੰਦੀਆਂ ਉਹਦੇ ਉੱਤੇ ਕਿ ਤੁਸੀਂ ਜਿਹੜਾ ਕਿੰਨੀ ਪੇਪਰ ਵਰਕ ਦੇ ਵਿੱਚ ਜਿਹੜਾ ਲਿਖਿਆ ਹੁੰਦਾ ਕਿ ਕੀ ਹੈਗਾ ਉਹਦੇ ਹਿਸਾਬ ਨਾਲ ਵੀ ਤੁਹਾਨੂੰ ਜਿਹੜਾ ਸਾਰਾ ਕੁਝ ਮਿਲ ਸਕਦਾ ਆ ਮੁੱਕ ਦੀ ਗੱਲ ਐਸ਼ ਵੇਲੇ ਸਮਾਨ ਬਹੁਤ ਇੱਧਰ ਉੱਧਰ ਹੋ ਰਾਇਆ ਧਿਆਨ ਨਾਲ ਖਿਆਲ ਰੱਖ ਕੇ ਆਪਣੀਆਂ ਆਈਡੀਆਂ ਵਿੱਚ ਪਾ ਕੇ ਫੋਟੋ ਖਿੱਚ ਕੇ ਕੋਸ਼ਿਸ਼ ਕਰੋ ਡਾਇਰੈਕਟ ਫਲਾਈਟ ਲੈਣ ਦੀ ਤੇ ਤੁਹਾਨੂੰ ਪਹਿਲਾਂ ਸਾਰਾ ਕੁਝ ਪਤਾ ਹੋਣਾ ਚਾਹੀਦਾ ਜਾਣ ਤੋਂ ਜਿਹਦੇ ਕੋਲ ਵੀ ਟ੍ਰੈਕਟ ਬੁੱਕ ਕਰਾ ਰਹੇ ਹੋ ਉਹਦੇ ਕੋਲ ਪੁੱਛੋ ਜੇ ਸਮਾਨ ਡਿਲੇ ਹੋ ਗਿਆ ਦੇਰੀ ਹੋ ਗਈ ਫੇਰ ਕੀ ਕਰਨਾ ਜੇ ਸਮਾਨ ਗਵਾਚ ਗਿਆ ਫੇਰ ਕੀ ਕਰਨਾ ਸਾਨੂੰ ਇਹਦਾ ਹੋਣਾ ਕੀ ਹੈ ਸਾਨੂੰ ਇਹਦਾ ਮਿਲਣਾ ਕੀ ਹੈ ਜਾਂ ਇਹਦਾ ਫੈਸਲਾ ਕਿਹਨੇ ਕਰਨਾ ਸੋ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇਥੇ ਮੁੱਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ